ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣੀ ਸੀ ਅੱਜ, ਵੈਨਕੂਵਰ ਦਾ ਜਿਹੜਾ ਇੱਕ ਟਰਨਲ ਆ ਰਿਚ ਮਿੰਟ ਦੇ ਵਿੱਚ, ਜਦੋਂ ਵੈਨਕੂਵਰ ਤੋਂ ਜਦੋਂ ਆਉਂਦੇ ਹਾਂ ਆਪਾਂ ਟਰਨਲ ਵਿੱਚ ਦੀ, ਉੱਥੇ ਲਾਈਨ ਬਣਦਾ ਇੱਕ ਅਤੇ ਲੋਕ ਉਹਦੇ ਵਿੱਚ ਪਤਾ ਨਹੀਂ ਲੋਕਾਂ ਦੀ ਸੈਂਸ ਹੀ ਹੈ ਨਹੀਂ ਯਾਰ, ਪਤਾ ਨਹੀਂ ਦਿਮਾਗ ਦੇ ਵਿੱਚ ਕੀ ਫਸਿਆ। ਉਹ ਲਾਈਨ ਬਣਦਾ ਧੱਕੀ ਤੁਰੇ ਆਉਂਦੇ ਆ ਲਾਈਨ ਦੇ ਵਿੱਚ, ਲੱਕੀ ਤੁਹਾਨੂੰ ਦਿਖਾਉਂਦਾ ਇੱਕ ਮਿੰਟ ਵੇਟ ਕਰੋ। ਦੇਖੋ ਜੀ ਆਉਂਦੇ ਲਾਈਨ ਬਣਦਾ ਧੱਕੀ ਤੁਰੇ ਜਾਂਦੇ ਆ ਲਾਈਨ ਦੇ ਵਿੱਚ, ਠੀਕ ਹੈ ਆਉਂਦੇ ਆ ਸੀ, ਦੇਖੋ ਲਾਈਨ ਬਣਦਾ ਅਤੇ ਅਸੀਂ ਕਮਰੇ ਜਿਹੜੇ ਆਹ ਲਾਈਨ 'ਚ ਖੜ੍ਹੇ ਹਾਂ ਉਹ ਲਾਈਨ ਦੇ ਵਿੱਚ ਹੀ ਤੁਰੇ ਜਾਂਦੇ ਦੱਸ ਕਮਰੇ ਲੋਕ। ਯਾਰ ਇਹ ਕੀ ਇਹਨਾਂ ਦਾ, ਇਹਨਾਂ ਸੈਂਸ ਕੰਮ ਦਿਮਾਗ, ਉਹ ਸੈਂਸ ਹੋਣੀ ਚਾਹੀਦੀ ਯਾਰ, ਦਿਮਾਗ ਕੰਮ ਹੀ ਨਹੀਂ ਕਰਦਾ ਲੋਕਾਂ ਦਾ। ਦੇਖੋ ਉਹ ਮਾਈ ਗੁਡਨੈਸ ਯਾਰ, ਕੀ ਕੀਤਾ ਜਾਵੇ ਇਹਨਾਂ ਲੋਕਾਂ ਦਾ ਯਾਰ। ਉਹ ਆਹ ਵੈਨਕੂਵਰ ਦੀ ਆਹ ਯਾਰ ਆਹ ਕਨੇਡਾ ਦੀ ਡਰਾਈਵਿੰਗ ਆ, ਉਹ ਮਾਈ ਗੁਡਨੈਸ ਯਾਰ ਕੀ ਯਾਰ ਲੋਕ ਯਾਰ ਹੱਦ ਹੋ ਗਈ। ਉਹ ਯਾਰ ਕਮਰੇ ਥੋੜ੍ਹੀ ਆ ਯਾਰ ਜਿਹਨੇ ਬੰਦ ਕੀਤੀ ਆ, ਉਹ ਕਮਰੇ ਆ ਉਹਨਾਂ ਦਿਮਾਗ 'ਚ ਨੁਕਸ ਆ, ਉਹ ਮੂਹਰੇ ਐਕਸੀਡੈਂਟ ਲਾਈਨ ਬੰਦ ਕੀਤੀ ਆ ਜਾਂ ਕੋਈ ਕੰਸਟਰਕਸ਼ਨ ਚੱਲਦੀ ਕੋਈ ਨਾ ਕੁਛ ਚੱਕਰ ਚੱਲਿਆ ਹੋਇਆ, ਉਹ ਲੋਕ ਚਾਰ ਉਹ ਮਾਈ ਗੁਡਨੈਸ ਯਾਰ ਕੀ ਕੀਤਾ ਜਾਵੇ ਯਾਰ ਆਪਣੇ ਲੋਕਾਂ ਦਾ, ਕੁਛ ਨਹੀਂ ਹਾਲ ਕਰੋ ਸੈਂਸ ਹੀ ਨਹੀਂ ਯਾਰ। ਅਸੀਂ ਅੱਧਾ ਘੰਟਾ ਮੈਨੂੰ ਹੋ ਗਿਆ ਟ੍ਰੈਫਿਕ ਦੇ ਵਿੱਚ ਫਸੇ ਨੂੰ, ਉਹ ਯਾਰ ਅਸੀਂ ਕਮਰੇ ਥੋੜ੍ਹੀ ਹਾਂ ਲੈਫਟ ਲਾਈਨ ਦੇ ਵਿੱਚ ਤੁਰੇ ਜਾਂਦੇ ਹਾਂ, ਪਹਿਲਾਂ ਉਹ ਪਿੱਛਿਓਂ ਜਦੋਂ ਵੈਸਟ ਮਿਨਿਸਟਰ ਵਾਲਾ ਹਾਈਵੇ ਲੰਘਦੇ ਹਾਂ ਉਸ ਤੋਂ ਬਾਅਦ ਸੈਨ ਜੈਲੋ ਦੇ ਆਉਣ ਲੱਗ ਗਏ ਸੀ ਮੂਹਰੇ ਲਾਈਨ ਕਲੋਜ਼ ਆ, ਅਤੇ ਹੁਣ ਉਹ ਤਾਂ ਸੈਂਸ ਹੋਣੀ ਚਾਹੀਦੀ ਵੀ ਜਦੋਂ ਲਾਈਨ ਹੀ ਕਲੋਜ਼ ਆ ਵੀ ਉਹ ਸੈਨ ਦੇਈ ਜਾਂਦਾ ਆਪਾਂ ਲੈਫਟ ਲਾਈਨ 'ਚ ਚੱਲ ਜਾਈਏ ਨਾ, ਉਹ ਰਾਈਟ ਲਾਈਨ 'ਚ ਧੱਕੀ ਤੁਰੇ ਜਾਂਦੇ ਯਾਰ। ਮੈਨੂੰ ਘੱਟੋ ਘੱਟ 5-6 ਕਿਲੋਮੀਟਰ ਮੈਂ ਟਨਲ ਤੱਕ ਆ ਗਿਆ, ਟਨਲ ਤੱਕ ਹੀ ਸੇਮ ਪ੍ਰੋਬਲਮ ਯਾਰ ਇਹੀ, ਟਨਲ ਤੱਕ ਉਹ ਰੈੱਡ ਲਾਈਨ ਦਾ ਸੈਨ ਦਿੱਤਾ ਹੋਇਆ, ਉਹ ਘਾਟੀ ਜੀ ਬਣਾਈ ਹੋਈ ਆ ਵੀ ਤੁਸੀਂ ਜਾ ਨਹੀਂ ਸਕਦੇ ਹੈ ਨਾ, ਕੋਈ ਜੈਲੋ ਦਾ ਵੀ ਹੈ ਨਹੀਂ ਗਾ ਵੀ ਰੈੱਡ ਲਾਈਨ ਰੈੱਡ ਲਾਈਟ ਦਾ ਸੈਨ ਆ, ਖਿੱਚੀ ਤੁਰੇ ਜਾਂਦੇ ਆ ਉਹੀ ਲਾਈਨ 'ਚ ਯਾਰ। ਮੈਂ ਹੱਦ ਹੀ ਹੈ ਯਾਰ ਲੋਕਾਂ ਦੀ ਯਾਰ, ਕੀ ਕੀ ਕੀਤਾ ਜਾਵੇ ਯਾਰ। ਓ ਮਾਈ ਗੁਡਨੈਸ, ਨਾ ਕੋਈ ਪੁਲਿਸ ਵਾਲਾ ਨਾ ਕੋਈ ਹੋਰ ਆ, ਇੱਥੇ ਪੁਲਿਸ ਵਾਲੇ ਨੂੰ ਖੜ੍ਹਨਾ ਚਾਹੀਦਾ, ਇੱਥੇ ਟਿਕਟਾਂ ਵੰਡਣੀਆਂ ਚਾਹੀਦੀਆਂ ਲੱਡੂਆਂ ਨੂੰ, ਫਿਰ ਪਤਾ ਲੱਗੇ ਇਹਨਾਂ ਨੂੰ ਹੈ ਨਾ ਵੀ ਕਿਵੇਂ ਰੈੱਡ ਲਾਈਟ ਦੇ ਵਿੱਚ ਕਿਵੇਂ ਲੰਘੀ ਦਾ। ਰੈੱਡ ਲਾਈਟ ਲੰਘ ਜਾਵੇ ਝੱਟ ਹੀ ਟਿਕਟ ਦੇ ਦਿੰਦੇ ਆ, ਹੁਣ ਆਹ ਚੀਜ਼ ਕਿਸੇ ਨੂੰ ਦੀਦੀ ਨਹੀਂ ਆਦੀ ਯਾਰ। ਓ ਮਾਈ ਗੁਡਨੈਸ ਯਾਰ, ਬਸ ਇੰਨੀ ਕੀ ਅਪਡੇਟ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।